ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਦਲਜੀਤ ਕੌਰ, ਸਟਾਈਲ ਵਿਦ ਕੌਰ ਵੀ ਤੁਹਾਡਾ ਸਵਾਗਤ ਹੈ। ਜੇ ਅਜੇ ਤੱਕ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਛੇਤੀ ਕਰ ਦਿਓ। ਜੇ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਕਰ ਦਿਓ ਅਤੇ ਇਹਦੇ ਨੀਚੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ। ਜਿਹੜਾ ਸੌਂਗ ਅੱਜ ਆਪਾਂ ਸੁਣਨ ਜਾ ਰਹੇ ਹਾਂ, ਉਹ ਸੌਂਗ ਦਾ ਨਾਮ ਹੈ ਪੰਜਾਬ ਮਾਈ ਮਦਰਲੈਂਡ ਬਾਏ ਸਿੱਧੂ ਮੂਸੇਵਾਲਾ। ਇੱਕ ਸੌਂਗ ਹੀ ਨਹੀਂ ਹੈ ਬਲਕਿ ਇਸ ਟਾਈਮ ਜੋ ਵੀ ਹੋ ਰਿਹਾ ਇਹਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਦੀ ਕਿਆ ਫੀਲਿੰਗ ਹੈ, ਇਹ ਸਾਨੂੰ ਸੌਂਗ ਦੇ ਥਰੂ ਸਾਨੂੰ ਸੁਣਾਇਆ ਹੈ ਸਿੱਧੂ ਮੂਸੇਵਾਲੇ ਨੇ। ਅਤੇ ਚਲੋ ਇੱਕ ਵਾਰ ਆਪਾਂ ਸੌਂਗ ਸੁਣ ਲੈਂਦੇ ਹਾਂ, ਕਿਵੇਂ ਹੈ ਕਿਵੇਂ ਨਹੀਂ, ਚਲੋ ਆਪਾਂ ਸੁਣੀਏ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ੍ਰੀ ਮੁਖਵਾਕ ਭਨੇ ਉਹ ਗਰੀਬ ਨਿਵਾਸ, ਸ਼ਸਤਰਨ ਕੇ ਅਧੀਨ ਹੈ ਰਾਜ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨੀ, ਧੱਕੇ ਨਾਲ ਜਿਹਨੂੰ ਦੱਬ ਲਾਉਂਗੇ ਕਸ਼ਮੀਰ ਦੇ ਵਰਗਾ ਨੀ। ਔਕੜ ਕਰ ਸਵਾਲਿਆ ਮਰਦਾਂ ਦਾ ਜਨਾਬ ਕਹਿੰਦੇ ਆ, ਤੁਹਾਨੂੰ ਸਿੱਧੂ ਮੂਸੇਵਾਲੇ ਦਾ ਸੌਂਗ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਅਤੇ ਇਹ ਸੌਂਗ ਹੀ ਨਹੀਂ ਹੈ ਬਲਕਿ ਇਹ ਦਿੱਲੀ ਨੂੰ ਇੱਕ ਵਾਰਨਿੰਗ ਹੈ ਕਿ ਦੇਖ ਲੈ ਹੁਣ ਵੀ ਤੂੰ ਸੁਧਰ ਜਾ, ਨਹੀਂ ਤਾਂ ਹਰੇ ਝੰਡੇ ਅਤੇ ਕੇਸਰੀ ਝੰਡਾ ਬਦਲਣ 'ਚ ਟਾਈਮ ਨਹੀਂ ਲੱਗਣਾ। ਸਾਡੇ ਹੱਕ ਸਾਨੂੰ ਵਾਪਿਸ ਦੇ ਦੇ, ਅਤੇ ਇੰਨੀ ਵੀ ਜਿੱਦ ਕਰਨੀ ਠੀਕ ਨਹੀਂ ਹੁੰਦੀ। ਫਿਰ ਇਹੀ ਨਾ ਹੋਵੇ ਕਿ ਜਿਹੜਾ ਪੁਰਾਣਾ ਇਤਿਹਾਸ ਹੈ ਫਿਰ ਦੁਹਰਾਇਆ ਜਾਏ ਅਤੇ ਤੁਹਾਨੂੰ ਫਿਰ ਔਖਾ ਹੋ ਜਾਣਾ। ਇਸ ਸੌਂਗ 'ਚ ਬਸ ਆਹੀ ਹੈ ਕੀ ਹੈ ਜਿਹੜੇ ਦਿੱਲੀ ਨੂੰ ਦੱਸਿਆ ਗਿਆ ਹੈ। ਇੱਕ ਸੌਂਗ ਹੀ ਨਹੀਂ ਹੈ ਬਲਕਿ ਇੱਕ ਐਨਰਜੀ ਡੋਜ਼ ਹੈ ਜਿਹੜੇ ਸਾਡੇ ਕਿਸਾਨਾਂ ਨੂੰ ਅਤੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੇਈ ਗਈ ਹੈ ਇਸ ਗਾਣੇ ਦੇ ਥਰੂ, ਕਿ ਜਿਹੜੇ ਵੀ ਲੋਕ ਥੋੜ੍ਹੇ ਮਾਯੂਸ ਹੋ ਗਏ ਹੈ ਅਤੇ ਇਹ ਸੌਂਗ ਸੁਣ ਕੇ ਉਹਨਾਂ ਨੂੰ ਫਿਰ ਤੋਂ ਐਨਰਜੀ ਆਏਗੀ ਅਤੇ ਫਿਰ ਉਹ ਆਪਣੀ ਜੰਗ ਕੰਟੀਨਿਊ ਰੱਖੂਗੇ। ਅਤੇ ਬਹੁਤ ਵਧੀਆ ਇਹ ਸੌਂਗ ਮੈਨੂੰ ਲੱਗਿਆ ਅਤੇ ਇਹਦੇ ਇੱਕ ਇੱਕ ਵਰਡ ਬਹੁਤ ਵਧੀਆ ਹੈ ਅਤੇ ਇਹਦੀ ਜਿਹੜੀ ਵੀਡੀਓ ਹੈ ਇਹ ਤਾਂ ਬਹੁਤ ਜ਼ਿਆਦਾ ਕਮਾਲ ਹੈ। ਜਿਕਣੇ ਆਪਾਂ ਇਹ ਵੀਡੀਓ ਦੇਖਦੇ ਹਾਂ ਤਾਂ ਇਹਦੇ ਵਿੱਚ ਇੱਕ ਬੁੱਕ ਖੁੱਲ੍ਹਦੀ ਹੈ ਅਤੇ ਉਹਦੇ ਵਿੱਚ ਤਾਂ ਹਿਸਟਰੀ 'ਤੇ ਸਟਾਰਟ ਹੁੰਦਾ ਕਿ ਕਿਵੇਂ ਕਿਵੇਂ ਕਿਆ ਕਿਆ ਹੋਇਆ।
ਤੇ ਇੱਕ ਇੱਕ ਵਰਡ ਤੇ ਇੱਕ ਇੱਕ ਜਿਹੜਾ ਸੀਨ ਹੈ ਬਹੁਤ ਵਧੀਆ ਤੇ ਬਹੁਤ ਸੋਹਣੀ ਆ ਵੀਡੀਓ ਲੱਗੀ ਤੇ ਲਾਸਟ 'ਚ ਇੱਕ ਸੀਨ ਬਹੁਤ ਵਧੀਆ ਲੱਗਿਆ ਇੱਕ ਬਾਜ ਫਿਰ ਇੱਕ ਸੱਪ ਨੂੰ ਜਦ ਫੜ ਕੇ ਲੈ ਕੇ ਜਾਂਦਾ ਹੈ ਉਹ ਸੀਨ ਕਿੰਨਾ ਵਧੀਆ ਹੈ ਉਹ ਇੱਕ ਵਾਰਨਿੰਗ ਹੈ ਦਿੱਲੀ ਨੂੰ ਕਿ ਹੁਣ ਵੀ ਤੂੰ ਸੁਧਰ ਜਾ ਹੁਣ ਵੀ ਸਾਡੇ ਹੱਕ ਸਾਨੂੰ ਦੇ ਦੇ ਰਹੀ ਗੱਲ ਸਿੰਗਰ ਦੀ ਸਿੱਧੂ ਮੂਸੇਵਾਲੇ ਦੀ ਤੇ ਜਿਹੜੀ ਆਵਾਜ਼ ਹੈ ਉਹੀ ਇੰਨੀ ਵਧੀਆ ਕਿ ਬੰਦਾ ਉਹਨਾਂ ਦੇ ਗਾਣੇ ਸੁਣ ਕੇ ਉਹਨੂੰ એનર્ਜੀ ਆ ਜਾਂਦੀ ਹੈ ਤੇ ਇਹ ਜਿਹੜਾ ਗਾਣਾ ਹੈ ਇਹ ਵੀਡੀਓ ਨਹੀਂ ਹੈ ਬਲਕਿ ਇੱਕ ਫੀਲਿੰਗ ਹੈ ਪੰਜਾਬ ਦੀ ਸਾਡਾ ਜਿਹੜਾ ਪੰਜਾਬ ਹੈ ਇਸ ਟਾਈਮ ਕੀ ਸੋਚ ਰਿਹਾ ਹੈ ਆਹੀ ਰਿਕੁਐਸਟ ਹੈ ਤੁਹਾਡੇ ਸਾਰਿਆਂ ਤੇ ਜਿਹੜੀ ਮੇਰੀ ਆਹ ਵੀਡੀਓ ਵੇਖ ਰਿਹਾ ਹੈ ਕਿ ਤੁਸੀਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ 'ਚ ਸਾਥ ਦਿਓ ਸਾਡੇ ਕਿਸਾਨਾਂ ਦਾ ਤਾਂ ਕਿ ਉਹਨਾਂ ਦਾ ਹੱਕ ਉਹਨਾਂ ਨੂੰ ਛੇਤੀ ਮਿਲ ਸਕੇ ਅਤੇ ਉਹ ਆਪਣੇ ਸੁਰੱਖਿਅਤ ਆਪਣੇ ਘਰ ਜਾ ਸਕੇ ਆਹ ਜਿਹੜਾ ਸੌਂਗ ਹੈ ਮੈਨੂੰ ਬਹੁਤ ਵਧੀਆ ਲੱਗਿਆ ਇਹਦੀ ਇੱਕ ਇੱਕ ਵਰਡ ਮੇਰੇ ਦਿਲ ਨੂੰ ਟੱਚ ਹੋਏ ਅਤੇ ਆਹ ਸੌਂਗ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਹ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਤਾਂ ਤੁਸੀਂ ਆਹ ਸੌਂਗ ਨਹੀਂ ਸੁਣਿਆ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਤੇ ਚੈੱਕ ਕਰ ਲਿਓ ਮੈਂ ਉੱਥੇ ਇਹਦਾ ਲਿੰਕ ਦੇ ਦੂੰਗੀ ਅਤੇ ਆਹ ਸੌਂਗ ਵਾਕਈ ਬਹੁਤ ਵਧੀਆ ਹੈ ਅਤੇ ਅਗਰ ਤੁਹਾਨੂੰ ਆਹ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਇਹਨੂੰ ਲਾਈਕ ਕਰ ਦਿਓ ਅਤੇ ਇਹਦੇ ਨੀਚੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ ਬਾਏ ਬਾਏ ਕਿਸਾਨ ਏਕਤਾ ਜ਼ਿੰਦਾਬਾਦ ਸਤਿ ਸ਼੍ਰੀ ਅਕਾਲ